ਬਿਨੁ ਸ਼ਬਦ ਅੰਤਰ ਅਨੇਰਾ, ਨਾ ਵਸਤ ਲਹੈ ਨਾ ਚੁਕੈ ਫੇਰਾ। ਸਤਿਗੁਰ ਹੱਥ ਕੁੰਜੀ, ਹੋਰ ਤੂੰ ਦਰ ਖੁੱਲੈ ਨਾਹੀਂ। ਗੁਰ ਪੂਰੈ ਭਾਗ ਮਿਲਾਵਣਿਆ, ਗੁਰ ਪੂਰੈ ਭਾਗ ਮਿਲਾਵਣਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਨਾਮ ਸਿਮਰਨ ਦੀ ਕਮਾਈ ਕਰਨ ਤੋਂ ਬਿਨਾਂ, ਨਾਮ ਜਪਣ ਤੋਂ ਬਿਨਾਂ ਅੰਦਰ ਹਨੇਰਾ ਰਹਿੰਦਾ, ਅਗਿਆਨਤਾ ਰੂਪੀ ਹਨੇਰਾ ਰਹਿੰਦਾ, ਅਤੇ ਨਾ ਹੀ ਉਸ ਕਰਤੇ ਪੁਰਖ ਨੂੰ ਮਿਲਣ ਰੂਪੀ ਵਸਤੂ ਅਸੀਂ ਪ੍ਰਾਪਤ ਕਰ ਸਕਦੇ ਹਾਂ, ਅਤੇ ਨਾ ਹੀ ਸਾਡਾ ਜੰਮਣ ਮਰਨ ਰੂਪੀ ਫੇਰੇ ਜਿਹੜੇ ਨੇ ਉਹ ਮੁੱਕਦੇ ਨੇ। ਭਾਵ 84 ਲੱਖ ਦੇ ਵਿੱਚ ਦੁਬਾਰਾ ਜਨਮ ਮਰਨ ਦੇ ਵਿੱਚ ਪੈਣਾ ਪੈਂਦਾ, ਅਤੇ ਉਹ ਫਿਰ ਕਹਿੰਦੇ ਨੇ ਕਿ ਸਤਿਗੁਰੂ ਦੇ ਕੋਲ ਇਸ ਜਿੰਦਰੇ ਦੀ ਕੁੰਜੀ ਹੈ, ਜਿਹੜੀ ਮਨ ਨੂੰ ਲੱਗੀ ਹੋਈ ਹੈ, ਵਿਕਾਰਾਂ ਰੂਪੀ ਜਿਹੜੀ ਮਨ ਨੂੰ ਇਹਦੀ ਕੁੰਜੀ ਹੈ ਇਸ ਜਿੰਦਰੇ ਦੀ, ਉਹ ਸਤਿਗੁਰੂ ਦੇ ਹੱਥ ਹੈ। ਹੋਰ ਕਿਸੇ ਵੀ ਦਰ 'ਤੇ ਜਾ ਕੇ ਉਹ ਖੁੱਲ੍ਹ ਨਹੀਂ ਸਕਦੀ, ਭਾਵ ਉਹ ਚਾਬੀ ਸਤਿਗੁਰੂ ਕੋਲੋਂ ਲੈ ਕੇ ਉਹਦਾ ਹੁਕਮ ਮੰਨ ਕੇ ਨਾਮ ਦੀ ਕਮਾਈ ਕਰਕੇ ਤਾਂ ਹੀ ਜਿਹੜਾ ਅੰਦਰ ਦਾ ਹਨੇਰਾ ਹੈ ਉਹ ਖਤਮ ਹੋ ਸਕਦਾ। ਕਹਿੰਦੇ ਪੂਰੇ ਭਾਗਾਂ ਦੇ ਨਾਲ ਸਤਿਗੁਰੂ ਕਿਰਪਾ ਕਰਦਾ ਅਤੇ ਅਕਾਲ ਪੁਰਖ ਦੇ ਨਾਲ ਮਿਲਾਉਂਦਾ। ਜੇ ਪੂਰੇ ਭਾਗ ਹੋਣ ਫਿਰ ਹੀ ਗੁਰੂ ਨੂੰ ਮਿਲ ਕੇ ਅਤੇ ਅਕਾਲ ਪੁਰਖ ਦਾ ਮਿਲਾਪ ਹੁੰਦਾ, ਨਹੀਂ ਤਾਂ ਨਹੀਂ।